भर के बैगी ये है? सारा दिन कदी कुछ कदी बाहर फिरदी रहेगी, कदी किसे घर। सियानिया कुड़िया जी होंगी रसोई च बाहर नहीं निकलियां गियां मैं जो दुध लेन गई ना अंकल से घर, मैं क्या अंकल जी आंटी किथे गई है? कहता घर गई है, फिर मैं उन्हें घर चली गई। अच्छा, उठे जाके देखे सारिया जनानिया थालिया घुमा घुमा के एक गीत गांदिया पी असी, रसोड़ा मनावी ना सुतेड़ा च गावी ना स्विच धागा पावी ना। दस अगले कपड़े फट जाने फिर तो स्विच धागा पाने पैना। मैं क्या आंटी जी मैं सुनानी है मेरा गीत ज्यादा सोहना है। असी अग जाता मैं घगरा समानिया, ओ भी मेरे तंग वे ललारिया, ओ भी मेरे तंग। देखो वाहेगुरु दे, देखो वाहेगुरु दे रंग। मेरे कुंडा लाते बाहर बैठ के चंगा गीत है, चंगा गीत है। ओ तो ब्याह हुंदा पे असी त्यार थे, तां होईयां ने अज करवा चौथ उत्थे वर्त रखदियां ने उत्थे कथा सुनदियां होनियां सारियां कठियां होके। गाने गांदियां भी असी? गाने नहीं हुंदे ओ, ओ थालियां वटांदियां ने। ਲੈ ਆਪਣੀ ਥਾਲੀ ਦੀ ਪਛਾਣ ਰੱਖਣੀ ਚਾਹੀਦੀ ਹੈ। ਜਿਹੜੇ ਬਾਜ ਵਟਾਂਦੀਆਂ ਫਿਰਨ ਦੇਖਦੇ ਕਿ ਕਿਹੜੀ ਤੇਰੀ ਕਿਹੜੀ ਮੇਰੀ, ਨੂੰ ਪਾਲਸ਼ ਨਾਲ ਪਿੱਛੇ ਨਿਸ਼ਾਨ ਲਾਣਾ ਚਾਹੀਦਾ ਆਪਣੀ ਥਾਲੀ ਤੇ। ਸਾਰਿਆਂ ਨੂੰ ਪਤਾ ਆਪਣੀ ਥਾਲੀ ਕਿਹੜੀ ਹੁੰਦੀ ਉਹਨਾਂ ਦੀ। ਤੂੰ ਜ਼ਿਆਦਾ ਸਿਆਣੀ ਨਾ ਬਣ, ਤਾਂ ਹੀ ਤਾਂ ਉਹਨਾਂ ਨੇ ਤੈਨੂੰ ਬਾਹਰ ਕੱਢ ਕੇ ਗੀਤਰ ਗਾਣਾ ਸੀ ਉੱਥੇ ਵਿਆਹ ਹੁੰਦਾ, ਵਿਆਹ ਚ ਗਾਈਦੇ ਨੇ ਅਸੀਂ ਗੀਤਰ। ਮੈਂ ਕਿਹਾ ਕਿ ਵਿਆਹ ਤੇ ਚੱਲੀ ਹੋਣਗੇ ਟੱਤੇ। ਚੱਲ ਘਰ ਉੱਥੇ ਠਹਿਰ ਕੇ ਜਾਈਂ ਦੁੱਧ ਲੈਣ। ਹੈਲੀ ਕਮਲੀਏ। ਹਾਂਜੀ ਮੰਮੀ ਜੀ। ਮੈਂ ਨਾ ਨਵੀਂ ਕਮਾਂਡਰ ਨਾਲ ਚੱਲੀ ਆ ਸੜਕ ਤੇ। झांजरा लैनी है कल करवा चौथ पाएगी ना। हाँ। तू ना गोभी धर ले। हाँ? गोभी धर ले। गैस ते धरनी और मेरे सिर ते धर दे। हाँ। ते ना लग जी गोभी। अच्छा हाँ स्वाद जी करके बना ले, मैं आके फुलके लानी है। ठीक है बाद में ठहर लसी तां। हाँ जी मम्मी जी। मम्मी सब्जी नहीं है जी, कच्ची है। ओ तू डूब जे किधरे गोगी है, तेरा सर जे मोटा दिमाग। ए गोभी धरी है, बीरबल की खिचड़ी धरी है तू। गोभी धरी है या तेरी भर जे की है? पता नहीं कच्ची है अभी तक ते। दे ले ना नु कट्टी ना कुछ ते किवें टंगी है। तुसी क्या सी ना ना लगन नहीं सब्जी कट्टन ने गुण किया सी है, मैं ना नहीं लगन ती के वेख लो। है मैं क्या जाके रोटियां लानी है ते रोटियां खानी है, मैं ते सब्जी नहीं बनी है अज तक, टंगी नु लटकाई है किवें कच्ची है। खा लो बीरबल दी खिचड़ी, हुण इत्थे बनेगी रोटियां, इत्थे सब्जी बनाएगी है खिचड़ी बनाएगी। आयो रब्बा तू बाहर निकल सोई चू, चल आपे मैं बनानी हां।
ਕੀ ਲੱਗੀ ਇਹਨੂੰ ਬਣਦੀ ਹਾਂਡੀ ਬੀਰਬਲ ਦੀ ਖਿਚੜੀ ਤਰ੍ਹਾਂ ਮੈਂ ਬਣਾਉਂਦੀ ਹਾਂ ਵੇਚ ਦਾਂ ਹੈ ਫੋਨ ਆਇਆ ਮੰਚੂ ਹੈਲੋ ਸਾਸਤਿਕਾਰ ਤੁਸੀਂ ਠੀਕ ਹੋ ਹੋਏ ਹੋਏ ਉਹ ਮਰ ਗਏ ਆ ਕੀ ਹੋ ਗਿਆ ਕੰਬਲੀ ਆ ਬੈਜੇ ਮੇੜਾ ਦਾ ਮਰ ਜੋ ਕੀ ਹੋਇਆ ਕੰਬਲੀ ਕਮੇਟੀ ਵਾਲਾ ਸਾਡੀ ਕਮੇਟੀਆਂ ਲੈ ਕੇ ਭਜੀ ਆ ਪਪੀ ਜੀ ਤੂੰ ਕਿਉਂ ਪਰੇਸ਼ਾਨ ਹੁੰਨੀ ਵੀ ਅਸੀਂ ਕਿਹੜਾ ਕੋਈ ਕਮੇਟੀ ਭਾਈ ਆ ਆਹਾ ਐਸੀ ਕੋਈ ਕਮੇਟੀ ਨਹੀਂ ਕਿਹੜਾ ਫੋਨ ਹੈ ਪੁੱਛਦੇ ਆ ਪਹਿਲਾਂ ਤੁਸੀਂ ਕੌਣ ਬੋਲਦੇ ਪਏ ਹੋ ਇੰਨੀ ਗੱਲਾਂ ਮਾਰ ਬੈਠ ਜਾਂਦੀ ਹੈ ਅੱਛਾ ਮੰਮੀ ਜੀ ਤੇ ਮੱਖੀ ਮਾਜਰੇ ਨੂੰ ਬੋਲਦਾ ਪਿਆ ਕੋਈ ਸਾਡਾ ਕੋਈ ਨਹੀਂ ਆ ਮੱਖੀ ਮਾਜਰੇ ਫੋਨ ਕਰ ਦੋ ਸਾਨੂੰ ਕੀ ਡਰਾਈ ਜੇ ਤੇ ਸਾਡਾ ਕੋਈ ਨਹੀਂ ਮੱਖੀ ਮਾਜਰੇ ਹਾਏ ਮੰਮੀ ਜੀ ਹਾਂ ਤੁਹਾਡੇ ਇੱਥੇ ਤੇ ਨਹੀਂ ਕੋਈ ਕਮੇਟੀਆਂ ਲੈ ਕੇ ਭੱਜੇਗਾ ਸਾਰਿਆਂ ਦੀਆਂ ਨਹੀਂ ਨਹੀਂ ਇੱਥੇ ਨਹੀਂ ਕਮੇਟੀਆਂ ਲੈ ਕੇ ਭੱਜੇਗਾ ਉੱਥੇ ਸਿੱਬੇ ਦੀ ਮਾਨ ਕਮੇਟੀ ਪਾਈ ਹੈ ਨਾ ਉਹਨੇ ਕਮੇਟੀ ਥੋੜੀ ਪਾਈ ਹੈ ਜੀ ਕੋਈ ਓਏ ਕਮੇਟੀ ਲੈ ਕੇ ਭੱਜਿਆ ਉਹ ਤੇ ਫਿਰ ਨਹੀਂ ਨਹੀਂ ਉਹ ਵਰਕ ਫਰੋਮ ਹੋਮ ਕਰਦੀ ਤੈਨੂੰ ਦੱਸਦੀ ਤੇ ਪਈ ਸੀ ਹਾਂ 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 ਵਰਕ ਫਰੋਮ ਹੋਮ ਕਰਦੀ ਉਹ ਤੇ ਆਹੋ ਦੱਸਦੀ ਵੀ ਸੀ ਸੇਬੇ ਵਾਲੀ ਮੈਨੂੰ ਸਾਰੀ ਗੱਲਾਂ ਦੱਸ ਦਿੰਦੀ ਆ ਆਪਣੀ ਸੱਸ ਦੀਆਂ ਕਿਹੜੀ ਵਰਕ ਫਰੋਮ ਹੋਮ ਕਰਦੀ ਆ ਹਰਲੀਨ ਪੰਡੇਰ ਨੂੰ ਫੋਲੋ ਕੀਤਾ ਹੈ ਉਹਨੇ ਉਹ ਕਰਵਾਉਂਦੀ ਵਰਕ ਫਰੋਮ ਹੋਮ ਘਰ ਬੈਠੇ ਬੈਠੇ ਪੈਸੇ ਕਮਾਉ 30-35 ਹਜ਼ਾਰ ਰੁਪਇਆ 18 ਸਾਲ ਤੋਂ ਉੱਪਰ ਦਾ ਕੋਈ ਵੀ ਘਰ ਚੱਲਦਾ ਨਾਲੇ ਹਾਊਸ ਵਾਈਫ ਵਾਸਤੇ ਵਧੀਆ ਕਿਤੇ ਜਾਣਾ ਵੀ ਨਹੀਂ ਪੈਂਦਾ ਪਰ ਜਿਹੜੇ ਜੋਬ ਲੱਭਦੇ ਪਏ ਨੇ ਵਿਚਾਰੇ ਯੰਗਸਟਰਸ ਉਹਨਾਂ ਵਾਸਤੇ ਵਧੀਆ ਉਹਦੀ ਬਾਰੇ ਵਿੱਚ ਫਾਰਮ ਹੈ ਨਾ ਉੱਥੋਂ ਦੀ ਮੈਨੇ ਫਾਰਮ ਭਰ ਕੇ ਕੰਮ ਸ਼ੁਰੂ ਕੀਤਾ ਸੀ ਉਹਨੇ ਕਮੇਟੀਆਂ ਤਾਂ ਨਹੀਂ ਭਜਦੇ ਸਾਡੇ ਇੱਥੇ ਹਾਂ ਇੱਕ ਹੱਥ ਨੂੰ ਕੁੱਝ ਚੱਪਦੂੰਗੀ ਮੈਂ ਇੱਕ ਹੱਥ ਅੰਦਰ ਘਰੇ ਇਹਨੂੰ